ਇਸ ਵੇਲੇ ਅਹਿਮ ਖਬਰ, ਪੰਜਾਬ ਦੇ ਵਿੱਚ ਵੱਡਾ ਟ੍ਰੇਨ ਹਾਦਸਾ ਵਾਪਰਨ ਤੋਂ ਟਲ ਗਿਆ ਹੈ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਮਾਲ ਗੱਡੀ ਦਾ ਇੱਕ ਡਿੱਬਾ ਰੇਲਵੇ ਪਟਰੀ ਤੋਂ ਹੇਠਾਂ ਆ ਗਿਆ ਹੈ। ਦਰਅਸਲ ਮਾਨਸਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਰੇਲਵੇ ਪਟਰੀ ਤੋਂ ਮਾਲ ਗੱਡੀ ਦਾ ਇਹ ਡਿੱਬਾ ਨੀਚੇ ਆ ਗਿਆ। ਇਸ ਗੱਡੀ ਦੇ ਵਿੱਚ, ਇਸ ਡੱਬੇ ਦੇ ਵਿੱਚ ਫਰਟੀਲਾਈਜ਼ਰ ਸਨ ਤੇ ਅਚਾਨਕ ਇਹ ਹਾਦਸਾ ਵਾਪਰ ਜਾਂਦਾ ਹੈ। ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਦੇ ਮੁਤਾਬਕ ਦਿੱਲੀ ਤੋਂ ਸਪੈਸ਼ਲ ਟ੍ਰੇਨ ਦੇ ਵਿੱਚ ਇਹ ਫਰਟੀਲਾਈਜ਼ਰ ਰਵਾਨਾ ਹੋਏ ਸਨ ਤੇ ਜਦੋਂ ਅੱਜ ਦੁਪਹਿਰੇ ਇਹ ਮਾਲ ਗੱਡੀ ਮਾਨਸਾ ਪਹੁੰਚੀ ਤੇ ਇਸੇ ਦਰਮਿਆਨ ਇਹ ਹਾਦਸਾ ਵਾਪਰ ਗਿਆ। ਮਾਲ ਗੱਡੀ ਦਾ ਇੱਕ ਡਿੱਬਾ ਰੇਲਵੇ ਪਟਰੀ ਤੋਂ ਹੇਠਾਂ ਆ ਗਿਆ। ਫਿਲਹਾਲ ਅਧਿਕਾਰੀਆਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ। ਬਠਿੰਡੇ ਕਿ ਨਹੀਂ ਹੋਇਆ ਸੀ ਇਹ, ਇੱਥੇ ਇੱਕ ਠੋਕਰ ਬਣੀ ਹੋਈ ਹੈ ਜੀ। ਠੋਕਰ ਦੇ ਕਾਰਨ ਡਰਾਈਵਰ ਬੈਂਕ ਕਰੀ ਗਿਆ, ਉਹਨੂੰ ਪਤਾ ਲੱਗਾ, ਜਿਹੜੀ ਜਾਣ ਕੇ ਜ਼ਿਆਦਾ ਲੱਗ ਗਈ ਮਗਰ ਡਿੱਗ ਪਈ ਜੀ। ਇਹਦੇ ਵਿੱਚ ਪਟਾਸ ਪਾਈ ਹੋਈ ਹੈ ਜਿਹੜੀ ਆਪਾਂ ਰੇਹ ਪਾਉਂਦੇ ਹਾਂ, ਕਹਿੰਦੇ ਪਟਾਸ ਮਿਰਚ ਵਾਲੀ, ਉਹ ਆ ਜੀ ਇਹਦੇ 'ਚ। ਹਾਂ ਸਰ, ਇਹੀ ਆ ਜੀ। ਖਾਲੀ ਕਰ ਰਹੇ ਹੋ? ਇਹ ਅਸੀਂ ਹੁਣ ਡਿੱਗ ਪਿਆ ਜੀ, ਇਹਨੂੰ ਖਾਲੀ ਕਰ ਰਹੇ ਹਾਂ ਸਰ। ਉਹਨੂੰ ਖਾਲੀ ਕਰਕੇ ਦੁਬਾਰੇ ਇਹ ਚੱਕਣਗੇ, ਫਿਰ ਇਹ ਲਾਈਨ ਦੁਬਾਰੇ ਤਿਆਰ ਕਰਨਗੇ ਸਰ। ਜਿਹੜੀ ਇਹ ਲਾਈਨ ਜਾ ਰਹੀ ਹੈ, ਆਵਾਜਾਈ ਤਾਂ ਨਹੀਂ? ਨਹੀਂ, ਆਵਾਜਾਈ ਨਹੀਂ, ਠੋਕਰੀ ਬਣੀ ਹੋਈ ਹੈ ਜਿਹੜੀ, ਮਗਰ ਤਾਂ ਉਸ ਤੋਂ ਬਾਅਦ ਹੈ ਹੀ ਨਹੀਂ ਜਿਹੜੇ, ਇਹ ਮਤਲਬ ਪੁਰਾਣੀ ਠੋਕਰ ਹੋਈ ਹੈ ਨਾ ਜੀ, ਇੱਥੇ ਹੀ ਖੜ ਗਈ ਹੈ, ਕਿਤੇ ਇੱਥੇ ਵੱਜੀ ਹੈ ਕਿਤੇ ਮਤ ਲੈ ਗਈ।